भी मित्रों पहुँच गए आप टर्नल पर बाहर खड़े हैं इतने तो माहौल चाल बहुत वधिया इतने आखो पिछे है नज़ारा ठंडा मौसम ओके रिपोर्ट आ गई देखो टूरिस्ट किन्ने आए हुए आ इधर तो वो पिछे पहाड़ आ रतांग पास आ तुम मैं दिखा आ सारा रतांग आ वो उत्ते चंगी बर्फ पई आते थल्यों की यह सुरोंग थल्यों की लंघ जाती है ये बस हूँ अं सुरोंग के अंडर एंट्री करने वाले ही हाँ ओ अगे आ टर्नल बस हूँ इतों तुरन वाले ही हाँ गांह आया अटल टर्नल ये हैगा गेट इदा पिंड गेट नहीं बने होंगे उदा आ ये टूरिस्ट आए आ देखने लिए फोटो फूटो खिचा दे टूरिस्ट मेरे ख्याल इतें मुड़ जाना इन्होंने वापस आया मेन जोड़ा है वो अगे आ मेन उतों शुरू होंगी वो भी हूँ तू मैं गोबरोज सारा उत्ते लाता आप गी खड़ी उस सारा देखे वह भी हूँ नज़ारा अभी भी इतने थोड़ा जहा देख लीए तैयारियां आई हूँ अपन मिलते हैं तू सुरंग दिखाते हैं नाले पहुंच गए जिसपा शांति नज़ारा आंदा नज़ारा पूरा बड़ा वधिया मौसम आ ना कोई टूरिस्ट हैगा कोई टावा टावा टूरिस्ट आ बहुत घट तो सब को बंद बूंदी आ खुला कुछ नहीं है सारा कुछ बंद आ जी बहुत टावा टावा टूरिस्ट लंघता आ ठंडा मौसम वधिया दिखाता मैं जो असी 2016 17 आए थे उदो अं इतें रुके जिसपा च हूँ सड़क बहुत वधिया बन गई इदा दियाँ बन गई बहुत वधिया सड़क इस होटल च रुके से सामने जिहड़ा पीला जिहा इत्थे रुके ही अं वो कमरा लिया है उत्ते जिहड़ा लिया है कितने साल बाद आया मैं इत्थे अज नीला 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 आ साडा सीगा होटल ये सामने सवेरे उठ के देखिया सी रात नूं पहुंचे सी उदों इत्थे नीला ही नीला सी सारा कुछ हुण देखदे आं जे कोई राह लभदे थल्ले जाण दा हवा बहुत चलन दी है इतने आवाज पता नहीं मैं किदा दी होनी है पर बहुत वधिया थां बहुत वधिया उदों अं इतने घूमे नहीं सी ज्यादा आ हुण आ गए हां इतने पानी हुंदा है उदा हुण पानी घट आ सामने आ गए नीला पानी के कोल ओए होए होए क्या बात है तुसीं फैमिली नूं लैके इतने आ सकते हैं जिसपा च बहुत वधिया इतने होटल बने मैं दिखाऊंगा भी बहुत वधिया चीज़ आ आगे का माहौल देखो तू हो किदा दा फिर नजारा लत्ता डुबी लंबे कोई ठंडा ठंडा पानी है देखिया तुम ब्राउन शॉट
ਟੋਕੀ ਆਇਆ ਇੱਕ ਇੱਕ ਕੁੱਤੀ ਆ ਬੜੀ ਸੋਹਣੀ ਭੱਜੀ ਆਈ ਸਾਨੂੰ ਦੇਖ ਕੇ ਇਹਨੂੰ ਭੁੱਲੂ ਬਹਿ ਜਾ ਇੱਥੇ ਸਿੱਟ ਬਹਿ ਜਾ ਇੱਥੇ ਮੋਟੋ ਜੀ ਆ ਹੈਂ ਬਿਸਕੁਟ ਬੁਸਕੁਟ ਤਾਂ ਹੀ ਖਾ ਲਏ ਆ ਬਹਿ ਜਾ ਸ਼ਾਬਾਸ਼ ਸਿਆਣੀ ਆ ਪਹਾੜਾਂ 'ਚ ਕੁੱਤੇ ਬੜੇ ਸਿਆਣੇ ਆ ਮੈਂ ਇੱਕ ਗੱਲ ਵੇਖੀ ਪਹਾੜਾਂ 'ਚ ਕੁੱਤੇ ਬਹੁਤ ਸਿਆਣੇ ਪਿਛਲੇ ਵਲੋਗ 'ਚ ਵੀ ਤੁਸੀਂ ਦੇਖਿਆ ਸੀਗਾ ਮਕਲੋੜਗੰਜ ਵਾਲੇ ਇਹ 'ਚ ਵੀ ਆ ਦੇਖੋ ਕਿੰਨੀ ਵਧੀਆ ਸਿਆਣੀ ਭੱਜੀ ਆਈ ਉਹ ਉੱਥੇ ਖੜੀ ਸੀ ਮੈਂ ਉੱਦਾਂ ਇੱਦਾਂ ਕੀਤਾ ਦੌੜੀ ਆਈ ਹੈ ਕੁੱਤੀਆਂ ਇੱਦਾਂ ਵੀ ਚੰਗੀਆਂ ਹੁੰਦੀਆਂ ਹੈ ਨਾ ਕੁੱਤੇ ਤੇਜ਼ ਹੁੰਦੇ ਆ ਜਾਣ ਨੂੰ ਦਿਲ ਨਹੀਂ ਕਰਦਾ ਮਜ਼ਾ ਹੀ ਬੜਾ ਆਉਂਦਾ ਜਦੋਂ ਕਦੀ ਐਵੇਂ ਚੱਲ ਰਿਹਾ ਕਦੀ ਐਵੇਂ ਚੱਲ ਰਿਹਾ ਠੰਡੀ ਹਵਾ ਚੱਲ ਰਹੀ ਆ ਬੜਾ ਮਜ਼ਾ ਆਉਂਦਾ ਜੀ ਬਾਕੀ ਹੁਣ ਅਸੀਂ ਲੱਗੇ ਆ ਅੱਗੇ ਚੱਲਣ ਦੇਖ ਦੱਸਾਂਗੇ ਤੁਹਾਨੂੰ ਉੱਥੇ ਜਾ ਕੇ ਅੱਗੇ ਕਿੱਥੇ ਚੱਲੇ ਆ ਕੀ ਮਾਹੌਲ ਚਾਲ ਆ ਅਜੇ ਲੇਹ ਦਾ ਪਤਾ ਕਰਦੇ ਫਿਰਦੇ ਅਸੀਂ ਪਾਸ ਤਾਂ ਲੈ ਲਿਆ ਆ ਹੁਣ ਪਤਾ ਨਹੀਂ ਅੱਗੇ ਬੰਦ ਆ ਜਾਂ ਖੁੱਲ੍ਹਾ ਆ ਉਹ ਪਤਾ ਲੱਗੂਗਾ ਉੱਦਾਂ ਤਾਂ ਖੁੱਲ੍ਹਾ ਆ ਮਤਲਬ ਹੋਟਲ ਜਿਹੜੇ ਆ ਹੁਣ ਪਤਾ ਨਹੀਂ ਉੱਥੇ ਕਹਿੰਦੇ ਆ ਵੀ ਬੰਦ ਆ ਹੁਣ ਦੇਖਦੇ ਹਾਂ ਪੁੱਛ ਗਿੱਛ ਕਰਦੇ ਬਾਅਦ ਚੀਤ ਜਸਪਾ ਤੋਂ ਤੁਰਨ ਤੋਂ ਬਾਅਦ ਅਸੀਂ ਅੱਧੇ ਕੁ ਘੰਟੇ ਬਾਅਦ ਦਾਰਚਾ ਪਹੁੰਚੇ ਇੱਥੇ ਚੈਕਿੰਗ ਪੋਸਟ ਬਣਿਆ ਹੋਇਆ ਆ ਹਿਮਾਚਲ ਪੁਲਿਸ ਦਾ ਇੱਥੇ ਗੱਡੀ ਆਪਾਂ ਨੂੰ ਰੋਕਣੀ ਪੈਂਦੀ ਆ ਇੱਥੇ ਉਹ ਨੋਟ ਕਰਦੇ ਆ ਕਿੰਨੇ ਪਰਸਨ ਜਾ ਰਹੇ ਆ ਕਿੱਥੇ ਜਾ ਰਹੇ ਆ ਅਤੇ ਕਿੱਥੋਂ ਆਏ ਆ ਤੁਸੀਂ ਕਿਉਂਕਿ ਕੱਲ੍ਹ ਨੂੰ ਕੋਈ ਪ੍ਰੋਬਲਮ ਹੋ ਜੇ ਤਾਂ ਉਹਨਾਂ ਨੂੰ ਪਤਾ ਹੋਵੇ ਵੀ ਆਹ ਪੋਸਟ ਤੋਂ ਬੰਦੇ ਇੱਥੋਂ ਲੰਘ ਗਏ ਆ ਗੱਡੀ ਲੰਘ ਗਈ ਆ ਤਾਂ ਕਰਕੇ ਵੈਰੀਫਿਕੇਸ਼ਨ ਕਰਦੇ ਆ ਉਹ ਅਤੇ ਇੱਥੇ ਲਾਸਟ ਆ ਇਹ ਜਿਹੜਾ ਦਾਰਚਾ ਆ ਇੱਥੇ ਜੇ ਕਿਸੇ ਨੇ ਲੇਹ ਨੂੰ ਜਾਣਾ ਇੱਥੇ ਆਪਣਾ ਚਾਹ ਪਾਣੀ ਦਾ ਜੋ ਵੀ ਕੋਈ ਵੀ ਖਾਣ ਪੀਣ ਦਾ ਸਮਾਨ ਤੁਸੀਂ ਲੈ ਸਕਦੇ ਆ ਸਾਨੂੰ ਪੁਲਿਸ ਵਾਲਿਆਂ ਨੇ ਦੱਸਿਆ ਵੀ ਇਸ ਤੋਂ ਬਾਅਦ ਪਤਾ ਨਹੀਂ ਕਿੰਨੇ ਕਿਲੋਮੀਟਰ ਤੱਕ ਤੁਹਾਨੂੰ ਕੋਈ ਖਾਣ ਪੀਣ ਦੀ ਸ਼ੋਪ ਨਹੀਂ ਆਉਣੀ ਕੋਈ ਆ ਇੱਥੇ ਸ਼ੋਪ ਆ ਉੱਥੋਂ ਤੁਸੀਂ ਪਾਣੀ ਵਗੈਰਾ ਕੁਛ ਵੀ ਲੈ ਸਕਦੇ ਹਾਂ ਫਿਰ ਮੈਂ ਕਾਰ ਵਾਲਿਆਂ ਨੂੰ ਪੁੱਛਿਆ ਵੀ ਅੱਗੇ ਰਾਹ ਕਿੱਦਾਂ ਦਾ ਕਹਿੰਦੇ ਠੀਕ ਠਾਕ ਆ ਰਾਹ ਅੱਗੇ ਅਤੇ ਹੋਰ ਥੋੜ੍ਹੀ ਜਿਹੀ ਮੈਂ ਇਨਫੋਰਮੇਸ਼ਨ ਲਈ ਅੱਗਿਓਂ ਪਰ ਇਹ ਰਾਹ ਦੇ ਵਿੱਚੋਂ ਮੁੜ ਆਏ ਸੀਗੇ ਇਹ ਲੇਹ ਨਹੀਂ ਗਏ ਅਤੇ ਸਾਨੂੰ ਵੀ ਟਾਈਮ 6:30 ਵੱਜ ਗਏ ਸੀਗੇ ਹਨੇਰਾ ਹੋਣ ਲੱਗ ਪਿਆ ਸੀਗਾ ਅਤੇ ਹਜੇ ਅਸੀਂ 400 ਕਿਲੋਮੀਟਰ ਅੱਗੇ ਜਾਣਾ ਸੀ ਅਤੇ 400 ਕਿਲੋਮੀਟਰ ਪਹਾੜਾਂ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਅਤੇ ਫਿਰ ਅਸੀਂ ਪੋਸਟ 'ਤੇ ਆਪਣਾ ਨਾਮ ਵਗੈਰਾ ਸਾਰਾ ਕੁਛ ਲਿਖਵਾ ਕੇ ਚੈਕਿੰਗ ਕਰਵਾ ਕੇ ਨਿਕਲੇ ਲਓ ਜੀ ਅਸੀਂ ਗੱਡੀ ਬੜੀ ਭਜਾਈ ਅਤੇ ਹੁਣ ਅਸੀਂ ਪਹੁੰਚੇ ਹਾਂ ਜਿੰਗ ਜਿੰਗ ਬਾਰ ਅਸੀਂ ਸਾਨੂੰ ਦੱਸਿਆ ਕਿਸੇ ਇੱਥੇ ਸਟੇਅ ਹੈਗੀ ਆ ਤਾਂ ਸਟੇਅ ਨਹੀਂ ਲੱਭੀ ਸਾਨੂੰ ਹੁਣ ਅੱਗੇ ਇੱਥੋਂ ਪਤਾ ਕੀਤਾ ਉੱਥੇ ਵੀ ਕੁਛ ਨਹੀਂ ਹੈਗਾ ਕਿ ਹੁਣ ਫਿਰ ਵਾਪਸ ਚੱਲੇ ਹਾਂ ਵਾਪਸ ਆਪਾਂ ਫਿਰ ਉੱਥੇ ਚੱਲੇ ਹਾਂ ਆਪਣੇ ਜਸਪਾ ਅਤੇ ਕੱਲ੍ਹ ਨੂੰ ਉੱਥੋਂ ਫਿਰ ਤੁਰਾਂਗੇ ਦੁਬਾਰਾ ਇੱਧਰ ਨੂੰ ਹੁਣ ਫਿਰ ਅਸੀਂ ਵਾਪਸ ਚੱਲੇ ਹਾਂ ਇੱਥੋਂ ਪਤਾ ਨਹੀਂ ਕਿੰਨੇ ਕਿਲੋਮੀਟਰ ਵਾਹਵਾ ਹੀ ਆ ਅਤੇ ਹੁਣ ਫਿਰ ਵਾਪਸ ਹੁਣ ਦੇਖਦੇ ਹਾਂ ਉੱਥੇ ਬੁੱਕ ਕਰਦੇ ਹਾਂ ਹੋਟਲ ਹੋਟਲ ਉੱਥੇ ਰੁਕਣ ਲਈ ਹੈਗਾ ਵਾ ਥਾਂ ਪਰ ਆਹ ਬੜੀ ਅੱਤ ਚੀਜ਼ ਆ ਜਿੱਥੇ ਪਹੁੰਚ ਗਏ ਸੀ ਨਾ ਸੋਸਾ ਵੀ ਫਿਰ ਵਾਪਸ ਕਰਨਾ ਪੈ ਜਾਂਦੇ ਆ ਇੱਥੇ ਟਰੱਕ ਟਰੁੱਕ ਹੀ ਖੜ੍ਹੇ ਆ ਬਸ ਕਹਿੰਦੀ ਕੋਈ ਰੈਸ਼ ਰੂਸ਼ ਦਾ ਕੋਈ ਪ੍ਰੋਗਰਾਮ ਨਹੀਂ ਜਿਹਨੇ ਦੱਸਿਆ ਉਹਨੇ ਗਲਤ ਦੱਸਤਾ ਸਾਨੂੰ ਕਹਿੰਦੇ ਜਿੰਗ ਜਿੰਗ ਬਾਹਰ ਰੁਕ ਜਿਓ ਜਾ ਕੇ ਗਲਤ ਦੱਸ ਗਿਆ ਬੰਦਾ ਅਤੇ ਹੁਣ ਚੱਲੇ ਆ ਵਾਪਸ ਅਸੀਂ ਧੂਤੀ ਵਿਚਾਰਾ ਥੱਲੇ ਲੰਮਾ ਪਿਆ ਆ ਠੰਡ ਬਹੁਤ ਜ਼ਿਆਦਾ ਆ ਨਾ ਹੁਣ ਵਾਪਸ ਚੱਲੇ ਹਾਂ ਉੱਥੇ ਹੋਟਲ ਜਾ ਕੇ ਉੱਥੇ ਰੈਸਟ ਰੁਸ਼ਟ ਕਰਦੇ ਹਾਂ ਅਤੇ ਫਿਰ ਦੇਖਦੇ ਹਾਂ ਅਗਲਾ ਪ੍ਰੋਗਰਾਮ ਅਭੀ ਮਿੱਤਰੋ ਰਾਤ ਦੇ ਵੱਜ ਗਏ ਆ 8 ਉਹ ਆਪਾਂ ਨੂੰ ਮਿਲ ਗਿਆ ਆ ਹੋਟਲ ਉੱਥੇ ਕਮਰਾ ਇੱਥੇ ਫੈਮਲੀਆਂ ਵਾਲਾ ਵਧੀਆ ਆ ਗੱਡੀਆਂ ਲੱਗੀਆਂ ਇਹ ਰੁਕੇ ਆ ਆਹ ਕਿਚਨ ਆ ਇਹ ਜਿਸਪਾ ਦੇ ਵਿੱਚ ਅਸੀਂ ਫਿਰ ਵਾਪਸ ਆ ਗਏ ਹਾਂ ਅਤੇ ਫੈਮਲੀਆਂ ਇੱਥੇ ਰੁਕੀਆਂ ਹੋਈਆਂ ਆ ਵਧੀਆ ਆ ਪ੍ਰੋਗਰਾਮ ਇੱਥੇ ਹੁਣ ਮੈਂ ਸਵੇਰੇ ਉੱਠ ਕੇ ਤੁਹਾਡੇ ਨਾਲ ਗੱਲਬਾਤ ਕਰੂੰਗਾ ਹੁਣ ਅਸੀਂ ਲੱਗੇ ਹਾਂ ਸੌਣ ਸਵੇਰੇ ਛੇਤੀ 6-7 ਵਜੇ ਅਸੀਂ ਨਿਕਲ ਜਾਣਾ ਇੱਥੋਂ ਅਤੇ ਲੇਹ ਦਾ ਪਤਾ ਨਹੀਂ ਜੇ ਤਾਂ ਹੋਇਆ ਕਰੋਨਾ ਕਰੂਨਾ ਦਾ ਚੱਕਰ ਫਿਰ ਅਸੀਂ ਵਾਪਸ ਆ ਜਾਣਾ ਨਹੀਂ ਤਾਂ ਫਿਰ ਛੂਟਾਂ ਵੱਟ ਦੇਣੀਆਂ ਲੇਹ ਲਦਾਖ ਨੂੰ ਓਏ ਮਿੱਤਰੋ ਰਾਤੀ ਬੜਾ ਕੰਮ ਖਰਾਬ ਹੋਇਆ ਰਾਤੀ ਨਾ ਜਿੰਗ ਜਿੰਗ ਬਾਹਰ ਚੱਲ ਗਏ ਸੀ ਉੱਥੋਂ ਫਿਰ ਵਾਪਸ ਆ ਗਏ ਇੱਥੇ ਆਪਣੇ ਜਸਪਾ ਜਿੱਥੇ ਅਸੀਂ ਰੁਕ ਕੇ ਇੱਥੇ ਇੱਧਰਲੇ ਬੰਨੇ ਨਾ ਹੋਆ ਦੂਜਾ ਦਰਿਆ ਆਇਆ ਨਾਲ ਨਾਲ ਮੈਂ ਰਾਤੀ ਵੀ ਵੀਡੀਓ ਬਣਾਈ ਸੀਗੀ ਰਾਤੀ ਹਨੇਰਾ ਬਹੁਤ ਹੋ ਗਿਆ ਇੱਥੇ ਫਿਰ ਹੋਟਲ 'ਚ ਰੁਕੇ ਅਤੇ ਇੱਥੇ ਰੋਟੀ ਪਾਣੀ ਖਾਧਾ ਅਤੇ ਸਾਰੇ ਇੱਕ ਇੱਕ ਦੋ ਹੋਟਲ ਖੁੱਲ੍ਹੇ ਆ ਇੱਥੇ ਜਸਪਾ 'ਚ
ਅਤੇ ਇੱਥੇ ਫਿਰ ਰੋਟੀ ਖਾਧੀ, ਮਾੜੀ ਮੋਟੀ ਜੀ ਸੀਗੀ, ਠੀਕ ਠਾਕ ਜੀ ਰੋਟੀ ਪਾਣੀ ਖਾ ਕੇ, ਅਤੇ ਜਦੋਂ ਰਾਤ ਦੇ 2 ਵਜੇ ਉਦੋਂ ਇੱਥੇ ਆਕਸੀਜਨ ਘੱਟ ਗਈ, ਬੜਾ ਮੰਦਾ ਹਾਲ ਹੋਇਆ। ਜਿਹੜੇ ਨਾ ਇੱਧਰਲੀ ਸਾਈਡ ਆ ਇੱਥੇ ਆਕਸੀਜਨ ਨਾ ਥੋੜ੍ਹੀ ਜਿਹੀ ਘੱਟ ਜਾਂਦੀ ਆ। ਪਿਛਲੀ ਵਾਰੀ ਰੁਕੇ ਸੀ ਅਸੀਂ ਉਹਨਾਂ ਹੋਟਲਾਂ 'ਚ, ਉੱਧਰਲੀ ਸਾਈਡ ਨਾ ਪਤਾ ਨਹੀਂ ਕੀ ਚੱਕਰ ਆ, ਉੱਥੇ ਆਕਸੀਜਨ ਰਹਿੰਦੀ, ਉਹ ਨੀਵਾਂ ਪਾਸਾ ਥੋੜ੍ਹਾ ਜਿਹਾ, ਆਹ ਜਿਹੜਾ ਪਾਸਾ ਥੋੜ੍ਹਾ ਜਿਹਾ ਉੱਚਾ ਆ, ਅਤੇ ਬੜਾ ਕੰਮ ਖਰਾਬ ਹੋਇਆ। ਅਤੇ ਧੂਤੀ ਤਾਂ ਸਹੀ ਰਿਹਾ, ਹੁਣ ਧੂਤੀ ਉੱਤੇ ਨਹਾਉਣ ਨੂੰ ਹੁੰਦਿਆ ਆ, ਅਸੀਂ ਫਿਰ ਆ ਗਏ ਥੱਲੇ ਬੈਠੇ ਗੱਪ ਸ਼ੱਪ ਮਾਰਨ ਦੇ, ਇੰਕਾ ਚਲੋ ਡਰੋਨ ਸ਼ੋਟ ਲੈਂਦੇ ਹਾਂ, ਹੁਣ ਕੱਢਿਆ ਡਰੋਨ ਵੀ, ਅਤੇ ਲੱਗਾ ਬਸ ਮੈਂ ਡਰੋਨ, ਮੈਂ ਕਿਹਾ ਤੁਹਾਨੂੰ ਦੱਸ ਦੇਵਾਂ, ਅਪਡੇਟ ਦੇ ਦੇਵਾਂ, ਅਤੇ ਮੈਂ ਤੁਹਾਨੂੰ ਹੁਣ ਡਰੋਨ ਸ਼ੋਟ ਦਿਖਾਉਂਦਾ ਹਾਂ। ਅਤੇ ਦੇਖਿਓ ਲੇਹ ਨੂੰ ਜਿੰਨੇ ਜਾਂਦੇ ਆ ਨਾ, ਇੱਕ ਅੱਧਾ ਜਾਣਾ ਜਾਣਦੇ ਆ, ਜਿਹੜੇ ਜ਼ਿਆਦਾ ਹੀ ਰਿਸਕ ਲੈਂਦੇ ਉੱਥੇ ਕਰੋਨਾ ਟੈਸਟ ਕਰਦੇ ਤਾਂ ਹੀ ਵਾਪਸ ਆ ਗਏ ਹਾਂ। ਅਤੇ ਇੱਥੇ ਲਾਗੇ ਲਾਗੇ ਹੋਰ ਵੀ ਕਈ ਪਲੇਸਾਂ ਆ, ਉੱਥੇ ਘੁੰਮ ਕੇ ਸਾਰੇ ਵਾਪਸ ਜਾਈ ਜਾਂਦੇ, ਗਾਂਹ ਨੂੰ ਕੋਈ ਨਹੀਂ ਜਾਣ ਦਿਆ। ਆ ਜਾਓ ਵੀ ਹੁਣ ਤੁਸੀਂ ਡਰੋਨ ਸ਼ੋਟ ਦੇਖੋ। ਅਸੀਂ ਟਾਈਮ ਜ਼ਿਆਦਾ ਨਾ ਖਰਾਬ ਕਰੀਏ, ਅਸੀਂ ਵੀ ਚਾਹ ਪਾਣੀ ਪੀਏ ਇੱਥੋਂ, ਹੁਣ ਫਿਰ ਮੈਂ ਰਹਿ ਗਿਆ ਬਾਕੀ ਨਹਾਉਣ ਵਾਲਾ, ਬਾਕੀਆਂ ਨੇ ਤਾਂ ਨਾ ਲਿਆ ਆ, ਹੁਣ ਬਸ ਤਿਆਰੀ ਆ ਅਸੀਂ ਹੁਣ ਹੁਣ ਪਤਾ ਨਹੀਂ ਕਿੱਧਰ ਨੂੰ ਜਾਣਾ, ਕੋਈ ਪਤਾ ਨਹੀਂ, ਹਜੇ ਬਾਤਚੀਤ ਹੋ ਰਹੀ ਆ, ਜਿਹੜੇ ਜਿਹੜੇ ਇੱਥੇ ਬਲੌਗਰ ਆ ਸਾਰਿਆਂ ਨਾਲ ਬਾਤਚੀਤ ਹੋ ਰਹੀ ਆ, ਬਾਤਚੀਤ ਕਰਕੇ ਪੁੱਛ ਕੇ ਅਤੇ ਉਸ ਬੰਦੇ ਨੂੰ ਅਸੀਂ ਚੱਲ ਜਾਣਾ। ਆਕਸੀਜਨ ਬਹੁਤ ਘੱਟ ਆ ਨਾ ਇੱਥੇ ਤਾਂ ਕਰਕੇ, ਬਾਕੀ ਹੁਣ ਬਰਫ਼ ਵਾਲਾ ਜੁਗਾੜ ਵੀ ਆ, ਬਸ ਬਰਫ਼ ਕਿਸੇ ਟਾਈਮ ਵੀ ਇੱਥੇ ਨਾ ਇਸ ਮਹੀਨੇ ਪੈ ਜਾਂਦੀ ਆ, ਅਤੇ ਮੇਰੀ ਵੀ ਸਿਹਤ ਠੀਕ ਜੀ ਨਹੀਂ, ਆਕਸੀਜਨ ਘੱਟ ਗਈ ਤਾਂ ਕਰਕੇ। ਬਾਕੀ ਅਪਡੇਟ ਮੈਂ ਤੁਹਾਨੂੰ ਹੁਣ ਚਾਹ ਪਾਣੀ ਪੀ ਕੇ ਦਿੰਦਾ, ਨਾਲੇ ਤੁਸੀਂ ਦੇਖਾਂ ਕੀ ਕਰਦਾ। ਰੈਡੀ ਅਸੀਂ ਹੋ ਗਏ ਹਾਂ, ਮੇਰੇ ਖਿਆਲ ਨਾਲ 11 ਵੱਜ ਗਏ ਆ, 11 ਵਜੇ ਲੱਗੇ ਹਾਂ ਤੁਰਨ, ਗੱਡੀ ਵੀ ਸਟਾਰਟ ਖੜ੍ਹੀ ਆ, ਤਿਆਰ ਹਾਂ। ਆਹ ਉਹਨਾਂ ਦੀ ਰਸੋਈ ਆ, ਆਹ ਉਹਨਾਂ ਦਾ ਹੋਟਲ ਆ, ਅਤੇ ਜਿੰਨੇ ਇੱਥੇ ਰਾਈਡਰ ਰੂਟਰ ਸਾਰੇ ਜਿਨ੍ਹਾਂ ਨੇ ਨਿਕਲਣਾ ਸੀ ਨਿਕਲ ਗਏ ਉਹ ਪਹਿਲਾਂ ਹੀ, ਅਸੀਂ ਘੰਟਾ ਕੁ ਲੇਟ ਹਾਂ, ਅਤੇ ਹੁਣ ਲੱਗੇ ਹਾਂ ਤੁਰਨ। ਇੱਕ ਮੋਟਰਸਾਈਕਲ ਖੜ੍ਹਾ, ਪਤਾ ਨਹੀਂ ਹੁਣ ਇਹਨਾਂ ਦਾ ਹੀ ਆ ਕੀ ਹਿਸਾਬ ਕਿਤਾਬ, ਬਾਕੀ ਸਭ ਨਿਕਲ ਗਏ, ਆਹ ਵੀ ਗੱਡੀ ਇਹਨਾਂ ਦੀ ਆ। ਅਸੀਂ ਲੱਗੇ ਹਾਂ ਹੁਣ ਰਵਾਨਾ ਹੋਣ, ਹੁਣ ਸਾਡਾ ਪਲੈਨ ਬਣ ਗਿਆ ਇੱਧਰ ਨੂੰ ਜਾਣ ਦਾ, ਲੇਹ ਵੱਲੋਂ 12 ਲਾਚਾ, ਹੁਣ 12 ਲਾਚਾ ਦੇਖ ਕੇ ਆਉਂਦੇ ਹਾਂ, ਅਤੇ ਦੇਖਦੇ ਹਾਂ ਕਿ ਮਾਹੌਲ ਚਾਲ, ਫਿਰ ਤੁਹਾਨੂੰ ਨਾਲ ਅਪਡੇਟ ਦਿੰਦੇ ਹਾਂ। ਅਤੇ ਮੈਂ ਗੋਪਰੋ ਲੱਗਾ ਇੱਥੇ ਲਾਉਣ, ਆਹ ਬਣਾਇਆ ਆ ਇੱਥੇ ਬਹੁਤ ਵਧੀਆ, ਅੱਗੇ ਉਹ ਉੱਥੇ ਉੱਪਰ ਲਾਇਆ ਸੀ, ਹੁਣ ਇੱਥੇ ਬਣਾ ਲਿਆ, ਵਾਹ ਇੱਥੋਂ ਵਧੀਆ ਲੋਕੇਸ਼ਨ ਹੁੰਦੀ ਆ, ਇਹ ਤੁਸੀਂ ਵੀ ਵੇਖੋ ਹੁਣ ਲੱਗੇ ਤੁਰਨ ਹੀ। ਚੰਗਾ ਜੀ, ਮਿਲਦੇ ਆ ਹੁੰਦੇ ਜਾ ਕੇ। ਤੁਸੀਂ ਰਾਹ ਵੇਖਿਆ ਕਿੱਦਾਂ ਦਾ ਸੁੰਨਸਾਨ, ਹਜੇ ਮੈਂ ਵਿੱਚ ਕੱਟ ਦਿੰਦਾ ਸੀਗਾ, ਇੱਥੇ ਹਵਾ ਬਹੁਤ ਜ਼ਿਆਦਾ ਤੇਜ਼ ਚੱਲਣ ਦੀ ਆ, ਪਤਾ ਨਹੀਂ ਮੇਰੀ ਆਵਾਜ਼ ਕਿੱਦਾਂ ਦੀ ਆਉਂਦੀ ਹੋਣੀ ਆ, ਅਤੇ ਬਹੁਤ ਵਧੀਆ ਬਹੁਤ ਜ਼ਿਆਦਾ ਹਾਈਟ 'ਤੇ ਆ। ਹਾਲ ਮੈਂ ਮੂੰਹ ਦੇ ਕੇ ਪਰਨਾ ਬੰਨੇ ਮੈਂ ਲਾਇਆ ਆ ਵੀਡੀਓ ਬਣਾਉਣ ਦੇ ਕਰਕੇ। ਆਹ ਦੇਖੋ ਬਿਲਕੁਲ ਨਾ ਕੋਲ ਆ ਗਏ ਅਸੀਂ ਬਰਫ਼ ਦੇ, ਪਹਾੜ ਦੇਖੋ ਕਿਹੜੇ ਰੰਗ ਦੇ ਆ ਇੱਥੇ, ਆਹ ਹੈਗੇ ਆ ਕਾਲੇ ਪਹਾੜ, ਉਹ ਦੇਖੋ ਕਿੱਦਾਂ ਦੇ ਰੰਗ ਬਿਰੰਗੇ ਪਹਾੜ ਆ, ਰੰਗ ਵੱਖਰਾ, ਇੱਧਰੋਂ ਆਏ ਜੀ ਪਿੱਛਿਓਂ, ਬਸ ਆ ਇੱਥੋਂ ਨਾ ਹਿਮਾਚਲ ਦਾ ਬਾਰਡਰ ਖਤਮ ਹੋਣ ਵਾਲਾ ਹੀ ਆ, ਹੁਣ ਪਤਾ ਨਹੀਂ ਅੱਗੇ ਕੀ ਬਣਨਾ, ਆ ਤਾਂ ਗਏ ਅਸੀਂ ਅੱਗੇ, ਅਤੇ ਆਹ ਦੇਖੋ